ਲਓ ਜੀ ਸਾਡੇ ਘਰੇ ਅੱਜ ਫਿਰ ਗੈਸਟ ਆ ਰਹੇ ਨੇ ਇਸ ਗੈਸਟਾਂ ਦੀ ਸੇਵਾ ਦੇ ਲਈ ਘਰ ਦਾ ਗਜਰੇਲਾ ਬਣਾਇਆ ਗੋਭੀ ਦੀ ਸਬਜ਼ੀ ਬਣਾਈ ਹੈ ਰੋਗਨ ਜੋਸ਼ ਬਣਾਇਆ ਅਤੇ ਸਪੈਸ਼ਲ ਹਾਂਡੀ ਹਾਂਡੀ ਚਿਕਨ ਬਣਾਇਆ ਅਤੇ ਵਾਟਰਮੈਲਨ ਜੂਸ ਬਣ ਰਿਹਾ ਬਾਕੀ ਇਹ ਮੈਡਮ ਨੇ ਕੁਕਿੰਗ ਕੀਤੀ ਹੈ ਵੈਰੀ ਨਾਈਸ ਹਾਈਲੀ ਰੈਕਮੈਂਡਡ ਸ਼ੈਫ ਸ਼ੁਕਰੀਆ ਅਤੇ ਮਹਿਮਾਨ ਨਵਾਜ਼ੀ ਕਰਨਾ ਸਾਨੂੰ ਅੱਛਾ ਲੱਗਦਾ ਜੀ ਸਾਡੇ ਘਰੇ ਯਾਰ ਦੋਸਤ ਆਉਂਦੇ ਰਹਿੰਦੇ ਨੇ ਸਾਨੂੰ ਪਹਿਲਾਂ ਦੱਸ ਦਿੰਦੇ ਨੇ ਸੋ ਅਗਰ ਤੁਸੀਂ ਵੀ ਆਉਣਾ ਚਾਹੋ ਤਾਂ ਸਾਨੂੰ ਦੱਸ ਦਿਓ ਆ ਮਹੀਨੇ ਬਾਅਦ ਸੋ ਅੱਛਾ ਲੱਗਦਾ ਸਾਨੂੰ ਵੀ ਲੱਗਦਾ ਕੋਈ ਬਾਹਰ ਆ ਗਿਆ ਆਪਾਂ ਦੇਖੀਏ ਕੈਮਰੇ ਰਾਹੀਂ ਦੇਖੀਏ ਕੌਣ ਆ ਗਿਆ ਇਹ ਇੱਕ ਮਿੰਟ ਇਹ ਕੋਈ ਗੋਰਾ ਆਇਆ ਪਤਾ ਨਹੀਂ ਕੋਈ ਸਮਾਨ ਸਮੂਹ ਦੇ ਰਿਹਾ ਹੋਰ ਸੁਣਾਓ ਜੀ ਦੇਖੋ ਬਾਕੀ ਮੰਮੀ ਨੇ ਸਾਡੇ ਨੇ ਖੋਆ ਬਣਾਇਆ ਘਰੇ ਬੜੀ ਮਿਹਨਤ ਨਾਲ ਸਾਡੀ ਪੱਠੀ ਲੱਗੀ ਹੋਈ ਬਾਹਰ ਦੇਖੋ ਅਗਰ ਕਿਸੇ ਨੇ ਲੈਣਾ ਹੋਵੇ ਖੋਆ ਤਾਂ ਜ਼ਰੂਰ ਦੱਸਿਓ ਗਾਜਰ ਪਾ ਖੋਆ ਹੋਮ ਮੇਡ ਫ੍ਰੀ ਟਾਈਮ ਨਿਕਲ ਜਾਂਦਾ ਮਾਤਾ ਦਾ ਆਹ ਦੇਖੋ ਅਤੇ ਫੈਮਿਲੀ ਫੋਟੋ ਅਤੇ ਬਾਕੀ ਮਿੱਤਰੋ ਹੁਣ ਮੈਂ ਬਣਾ ਰਿਹਾ ਵਾਟਰਮੈਲਨ ਜੂਸ ਜਿਹੜਾ ਵਾਟਰਮੈਲਨ ਜੂਸ ਹੈ ਨਾ ਇਹ ਬਹੁਤ ਵਧੀਆ ਚੀਜ਼ ਹੈ ਤੁਹਾਡੇ ਲਈ ਤੁਹਾਨੂੰ ਰਿਫਰੈਸ਼ ਕਰ ਦਿੰਦੀ ਹੈ ਇੱਕ ਹੋਰ ਸਪੈਸ਼ਲੀ ਬੰਦਿਆਂ ਲਈ ਅੱਛੀ ਚੀਜ਼ ਹੈ ਇਹ ਵਾਟਰਮੈਲਨ ਜੂਸ ਤੁਸੀਂ ਇਸਨੂੰ ਵਾਟਰਮੈਲਨ ਨੂੰ ਕੱਟ ਕੇ ਜਿਹੜੀ ਇਹਦੀ ਫਲਾਸ਼ੀ ਹੈ ਨਾ ਉਹ ਤੁਸੀਂ ਨਿਚੋੜ ਕੇ ਸਿੱਟ ਦੇਣੀ ਆ ਚੰਗਾ ਪਾਣੀ ਪੀਓ ਥੋੜ੍ਹੀ ਜਿਹੀ ਮਿੰਟ ਪਾ ਲਿਓ ਥੋੜ੍ਹਾ ਕਾਲਾ ਨੂਣ ਥੋੜ੍ਹੀ ਜਿਹੀ ਕਾਲੀ ਮਿਰਚ ਅਤੇ ਨਿੰਬੂ ਬਹੁਤ ਵਧੀਆ ਚੀਜ਼ ਹੈ ਜੀ ਇਹ ਤਾਂ ਜ਼ਰੂਰ ਟਰਾਈ ਕਰਿਓ ਘਰੇ ਵਾਟਰਮੈਲਨ ਜੂਸ ਤੁਸੀਂ ਗੂਗਲ 'ਤੇ ਵੀ ਸਰਚ ਕਰ ਸਕਦੇ ਹੋ ਅਤੇ ਕੀ ਫਾਇਦੇ ਨੇ ਅਤੇ ਸਪੈਸ਼ਲੀ ਗਰਮੀਆਂ ਦੇ ਵਿੱਚ ਅਤੇ ਕਈ ਬੰਦੇ ਤਾਂ ਪਾਣੀ ਨਹੀਂ ਪੀ ਹੁੰਦਾ ਨਾ ਪ੍ਰੋਪਰ ਵੀ ਕਈ ਕਹਿੰਦੇ ਨੇ ਵੀ ਪਾਣੀ ਨਹੀਂ ਸਾਤੋਂ ਪੀਤਾ ਜਾਂਦਾ ਵੀ 2-3 ਲੀਟਰ ਤਾਂ ਵਾਟਰਮੈਲਨ ਜੂਸ ਪੀ ਲਿਆ ਕਰੋ ਘਰੇ ਬਣ ਜਾਂਦਾ ਡਾਲਰ ਦਾ ਕਿਲੋ ਆ ਜਾਂਦਾ ਕੋਲ 'ਚੋਂ ਜਾਂ ਵੂਲਵਰਥ 'ਚੋਂ ਵਟੇਵਰ ਲਿਆ ਕੇ ਵਾਟਰਮੈਲਨ ਅਤੇ ਘਰੇ ਫਰੈਸ਼ ਵਾਟਰਮੈਲਨ ਜੂਸ ਬਣਾਓ ਅਤੇ ਆਨੰਦ ਮਾਣੋ ਜ਼ਿੰਦਗੀ ਦਾ ਬਾਕੀ ਤੁਹਾਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਚੀਜ਼ਾਂ ਆਹ ਦੱਸਿਓ ਜੀ ਸਾਡਾ ਮੋਰ ਕਿੱਦਾਂ ਲੱਗਿਆ ਮੈਨੂੰ ਬੜਾ ਪਿਆਰਾ ਮੇਰਾ ਫੇਵਰੇਟ ਆ ਜੀ ਮੋਰ ਇਹ ਅਤੇ ਬਾਕੀ ਹੁਣ ਆਪਾਂ ਕੰਪਲੀਟ ਕਰਦੇ ਕੁਕਿੰਗ ਜਿਹੜੀ ਰਹਿ ਗਈ ਮਾੜੀ ਮੋਟੀ ਅਤੇ ਵਾਟਰਮੈਲਨ ਜੂਸ ਇੱਦਾਂ ਤੁਸੀਂ ਕੱਢ ਲੈਣਾ ਇਹਦੇ ਵਿੱਚ ਇਹਦੇ ਵਿੱਚ ਤੁਸੀਂ ਜਿੱਦਾਂ ਮੈਂ ਤੁਹਾਨੂੰ ਕਿਹਾ ਮਿੰਟ ਪਾ ਕੇ ਠੀਕ ਹੈ ਜੀ ਚਲੋ ਮਿਲਦੇ ਹਾਂ ਬਾਕੀ